ਥਿਊਰਮ ਚੱਕਰ ਦੇ ਕਿਸੇ ਬਿੰਦੂ ਤੇ स्पर्ਸ਼ ਰੇਖਾ स्पर्ਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸਤੇ ਲੰਬ ਹੁੰਦੀ ਹੈ ਬੱਚਿਓ ਇਸ ਥਿਊਰਮ ਨੂੰ ਅਸੀਂ ਕਿਰਿਆ ਰਾਹੀਂ ਐਨ ਸੀ ای ਆਰਟੀ ਦੇ ਕਿਟ ਵਿੱਚ ਦਿੱਤੇ ਹੋਏ ਮਾਡਲ ਦੀ ਮਦਦ ਨਾਲ ਸਿੱਧ ਕਰਕੇ ਵੀ ਦਿਖਾ ਸਕਦੇ ਹਾਂ ਇਸ ਦੇ ਲਈ ਅਸੀਂ ਮਾਡਲ ਵਿੱਚ ਸਕੇਲ ਨੂੰ ਸਪਨਸਰੇਖਾਂ ਤੇ ਤੌਰ ਤੇ ਲਿਆ ਹੈ ਹੁਣ ਇੱਕ 60 ਸਕਰ ਲਾਵੋ ਇਸ ਦੀ ਇੱਕ ਪੁਜਾ ਕਰਨ ਨੂੰ ਛੱਡ ਕੇ ਬੋਰਡ ਉਤੇ ਇਸ ਤਰ੍ਹਾਂ ਰੱਖੋ ਕਿ ਇਹ ਸਕੇਲ ਨੂੰ ਸਪਰਸ਼ ਕਰੇ ਅਸੀਂ ਦੇਖਾਂਗੇ ਕਿ ਸੈਕਟ ਸਕਰ ਦੀ ਦੂਜੀ ਪੁਜਾ ਕੇਂਦਰ ਤੋਂ ਹੋ ਕੇ ਜਾਂਦੀ ਹੈ